ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ ਆਏ ਸੀ ਸੁਬਹਾ ਸੁਬਹਾ 5:30 ਵਜੇ ਮੰਡੀ ਦੇ ਵਿੱਚ, ਅਤੇ ਮੰਡੀ ਦੇ ਵਿੱਚ ਕਿਉਂਕਿ ਪਿੰਡ ਦੇ ਵਿੱਚ ਤਾਂ ਗੰਢੇ ਬਹੁਤ ਮਹਿੰਗੇ ਮਿਲਦੇ, ਚਲੋ ਇੱਥੇ 10-15 ਰੁਪਏ ਦਾ ਵੀ ਕਿਲੋ ਮਗਰ ਫਰਕ ਪੈ ਗਿਆ ਬਹੁਤ ਆ, ਅਤੇ ਮੁੰਡਾ ਰੇਟ ਤਾਂ ਪਤਾ ਕਰਨ ਗਿਆ ਵੈ ਨਿਹਾਲ ਸਿੰਘ ਵਾਲੇ ਮੰਡੀ ਦੇ ਵਿੱਚ। ਅਸੀਂ ਮੌਜੂਦਾ ਦੇਖੋ ਰੌਣਕਾਂ ਲੱਗੀਆਂ ਪਈਆਂ ਸਬਜ਼ੀਆਂ ਹੈ ਨਾ, ਗੰਢੇ ਫਰਕ ਪੈਂਦਾ, ਆਪਣੇ ਗੰਢੇ ਲੈ ਲਏ ਆਪਾਂ, ਇੱਕ ਮੁੰਡਾ ਹੋਰ ਦੇਖੋ ਅਜੇ ਆਪਣੇ ਦੇਖੋ ਸਬਜ਼ੀਆਂ ਸੁਬਜ਼ੀਆਂ ਵਾਲਿਆਂ ਨੇ ਸੁਭਾਅ ਫਰਕ ਕਰਦੇ ਇੱਥੇ, ਅਤੇ ਫਿਰ ਪਿੰਡਾਂ 'ਚ ਸਪਲਾਈ ਚਾਹੁੰਦੇ ਹੈ ਨਾ, ਅਤੇ ਚਲੋ ਉਹਨਾਂ ਦੀ ਮਿਹਨਤ ਆ ਨਾ, ਅਤੇ ਸੁਭਾਅ ਸੁਭਾਅ ਜਿਹੜਾ ਸੌਖਾ ਹੈਗਾ ਮੈਨੂੰ ਵੀ ਇੱਕ ਦਿਨ ਪਹਿਲਾਂ ਫੋਨ ਲਾਇਆ, ਮੈਨੂੰ ਪਤਾ ਨਹੀਂ ਲੱਗਿਆ ਫਿਰ ਅੱਜ ਗਏ ਅਸੀਂ। ਦੱਸ ਉਹ ਦੇਖੋ ਕਿਵੇਂ ਚੜ ਕੇ ਬੈਠੀ ਹੋਈ ਹੈ, ਸਬਜ਼ੀਆਂ ਮਹਿੰਗੀਆਂ ਹੀ ਬਹੁਤ ਹੋ ਰਹੀਆਂ ਵੀ, ਕੁਝ ਵੀ ਆਲੂ ਪਿਆਜ਼ ਵੀ ਖਾਣੇ ਮਹਿੰਗੇ ਔਖੇ ਹੋ ਗਏ ਹੁਣ ਤੇ, ਕਹਿਣ ਨੂੰ ਪਹਿਲਾਂ ਕਹਿੰਦੇ ਸੀ ਨਾ ਸਬਜ਼ੀਆਂ ਮਹਿੰਗੀਆਂ, ਚੱਲ ਕੋਈ ਨੀ ਆਲੂ ਪਿਆਜ਼ ਤੇ ਬੰਦਾ ਉਹੀ ਬਣਾ ਲੈਂਦਾ, ਹੁਣ ਤੇ ਉਹ ਵੀ ਖਾਣੇ ਔਖੇ ਆ, ਮਹਿੰਗੇ ਏਡੇ ਹੋਏ ਪਏ ਸਾਰੇ ਪਾਸੇ, ਇਹੀ ਹਾਲ ਹੈ, ਕਿੰਨੇ ਕਿੰਨੀ ਕਿੰਨੀ ਮਹਿੰਗੀ ਸਬਜ਼ੀ ਹੋ ਗਈ। ਬੱਪੂ ਜੀ, ਬੱਪੂ ਜੀ ਇੱਧਰ ਲੈ ਗਾ, ਕਹਿੰਦੀ ਮੈਂ ਨਹੀਂ ਉੱਠਣਾ, ਹੱਪ ਜਬਨੂਰ ਹੱਪ ਕਰ ਰਿਹਾ, ਉਹ ਛਿੱਲੜ ਲੱਗ ਗਈ ਉਹਦੇ ਹੱਥ 'ਤੇ, ਹੱਪ ਕਰ ਦੇ, ਚਲੋ ਚਲੀਏ ਅੰਦਰ ਚਲੀਏ, ਮੁੰਡੇ ਕੰਮ ਸਾਰਾ ਕਰਨ ਵਾਲਾ ਪਿਆ ਅਜੇ, ਆਂਟੀ ਨਾ ਮੇਰੇ ਤਾਂ ਨਾ ਥਕਾਵਟ ਹੀ 'ਚ, ਮੈਨੂੰ ਨਾ ਸੱਚੀ ਟੈਨਸ਼ਨ ਜੀ ਪੈ ਗਈ ਹੁਣ ਯਾਰ, ਮੈਨੂੰ ਤਾਂ ਟੈਨਸ਼ਨ ਇਹਦੀ ਪਈ ਪਈ ਹੈ, ਇਹ ਉੱਠੂਗੀ ਕਿ ਨਹੀਂ ਅਜੇ। ਜਪਨੂਰ ਇਹਦੀ ਕਿਹੜੀ ਟੈਨਸ਼ਨ ਹੈ, ਜਪਨੂਰ ਆ ਜਾ ਪੁੱਤ ਆ ਜਾਓ, ਉਹ ਛੋਟਾ ਜਿਹਾ ਪਿਆਜ਼ ਫੜਾ ਦਿਓ, ਖੇਡਦੀ ਰਹੇਗੀ ਮੂੰਹ 'ਚ ਨਾ ਪਾਵੇ ਬਸ, ਰਾਤ ਅਸੀਂ ਗਏ ਸੀ ਨਾਨਕਸਰ ਗੁਰਦੁਆਰੇ ਕਿਉਂਕਿ ਉੱਥੇ ਪਾਠ ਖੁੱਲ੍ਹੇ ਨੇ ਸ਼ੁਰੂ ਰੱਖੇ ਹੋਏ ਨੇ, ਅਖੰਡ ਪਾਠ ਦਾ ਭੋਗ ਵੀ ਪਏਗਾ, 8 ਤਰੀਕ ਬਰਸੀ ਆ ਰਹੀ ਹੈ ਨਾ, ਕਿੰਨਾ ਬਾਬਾ ਜੀ ਦੀ ਮਨਾਉਂਦੇ, ਈਸ਼ਰ ਸਿੰਘ ਬਾਬਾ ਜੀ ਦੀ ਹੈ ਨਾ, ਉਹਨਾਂ ਦੀ ਆਉਂਦੀ ਅਕਤੂਬਰ 'ਚ, ਉੱਥੇ ਜਗਰਾਓਂ ਵੀ ਮਨਾਉਣੀ ਨਾਨਕਸਰ, 2, 3, 4, 5, 6 ਤੱਕ ਉੱਥੇ ਹੈ, ਉੱਥੇ ਵੀ ਬਹੁਤ ਭੀੜ ਹੁੰਦੀ ਹੈ। ਜਪਨੂਰ ਪਸੱਕਾ ਮਾਰ ਕੇ ਬੈਠੀ ਹੋਈ ਦੇਖਿਓ ਜ਼ਰਾ, ਹੁਣ ਹੌਲੀ ਹੌਲੀ ਖਾਲੀ ਆਉਂਦੀ ਹੈ ਨਹੀਂ, ਤੂੰ ਥੱਲੇ ਆਉਂਦੀ ਰਹਿਣਾ। ਅਤੇ ਆਹ ਵਾਹਗੁਰੂ ਵਾਹਗੁਰੂ ਕਰਦਾ ਜਪਨੂਰ ਸੁਣਦਾ, ਕੰਤਾ ਕਰਦਾ ਵਾਹਿਗੁਰੂ ਵਾਹਿਗੁਰੂ, ਮੇਰਾ ਢਿੱਡਾ ਜਾ ਜਪਨੂਰ ਨੂਰ ਵਾਹਿਗੁਰੂ ਕਹਿੰਦੀ ਸਭ ਤੋਂ, ਵਾਹਿਗੁਰੂ ਸੱਚੇ ਪਾਤਸ਼ਾਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪਨੂਰ ਫਤਿਹ ਬੁਲਾਓ,
ਹਜੇ ਪਤਾ ਹੀ ਨਹੀਂ ਆਉਂਦੀ ਬੁਲਾਣੀ। ਵਾਹਿਗੁਰੂ। ਜਪਨੂਰ ਦੇ ਨਾ ਬਰਥਡੇ ਦੀ ਤਿਆਰੀ ਐਵੇਂ ਸਾਡੀ ਸ਼ੁਰੂ ਹੋਈ ਹੈ ਕਿ ਜਪਨੂਰ ਲਈ ਹਜੇ ਅੱਜ ਅਸੀਂ ਜਾਵਾਂਗੇ ਬਾਜ਼ਾਰ ਜੇ ਜਾ ਸਕੇ ਤਾਂ ਜਪਨੂਰ, ਕਿਉਂਕਿ ਹੁਣ ਨਾ ਸ਼ਾਮ ਹੋਣ ਲੱਗ ਗਈ ਜਲਦੀ, ਹਨੇਰਾ ਪੈ ਜਾਂਦਾ ਅਤੇ ਦਿਨੇ ਗਰਮੀ ਹੁੰਦੀ ਹੈ, ਨਿਕਲਿਆ ਨਹੀਂ ਜਾਂਦਾ ਘਰੋਂ ਦੀ, ਇਹੋ ਜਿਹਾ ਟਾਈਮ ਦੇਖ ਕੇ ਜਾਵਾਂਗੇ ਕਿਉਂਕਿ ਜਪਨੂਰ ਦੀ ਲੈਣੀ ਹੈ ਅਸੀਂ ਨਿਊ ਬੱਚਿਆਂ ਨੇ ਕਰਤੇ, ਬੱਚੇ ਨਹੀਂ ਕਰ ਸਕਦੇ, ਉਹ ਖੁਦ ਆਪ ਕਰਦੀ ਸੀਗੀ। ਠੀਕ ਹੈ, ਚਲੋ ਗਲਤੀ ਮੰਨ ਲਈ, ਮਾਫ ਕਰਨ ਵਾਲਾ ਮੈਂ ਨਹੀਂ, ਮਾਫ ਕੋਈ ਉੱਪਰਲੇ ਤੋਂ ਮੰਗੋ, ਗੁਰੂ ਮਹਾਰਾਜ ਤੋਂ ਮੰਗੋ ਵੀ ਮੇਰੇ ਤੋਂ ਸਾਥੋਂ ਗਲਤੀ ਹੋਈ ਹੈ ਭਾਈ, ਮੈਂ ਕਹਾਂ ਮੈਂ ਤਾਂ ਆਪ ਤੁਹਾਡੇ ਅਰਗਾ, ਹੈ ਨਾ, ਜਾਂ ਰਮਨ ਵੀ ਤੁਹਾਡੇ ਅਰਗੀ, ਨੋਰਮਲ ਇਨਸਾਨ ਅਸੀਂ। ਕਿਵੇਂ ਮਤਲਬ? ਬੱਚੇ ਨਾਲ ਇੰਨੀ ਲੈਂਗੁਏਜ ਲਿਖਣਗੇ ਜਿਵੇਂ ਦੀ ਉਹ ਲੈਂਗੁਏਜ ਲਿਖੀ ਹੁੰਦੀ ਹੈ। ਬੱਚਿਆਂ ਨੂੰ ਤੁਸੀਂ ਇਹ ਕੁਛ ਸਿਖਾਇਆ ਵੀ ਜੋ ਹਰੇ ਹਰ ਇੱਕ ਇਨਸਾਨ ਚੰਗਾ ਨਹੀਂ ਹੁੰਦਾ, ਹਰ ਇੱਕ ਇਨਸਾਨ ਮਾੜਾ। ਠੀਕ ਹੈ ਜੀ, ਤੇ ਜਿਹੜੇ ਕੁੱਤੇ ਭੌਂਕਦੇ ਆ ਉਹਨਾਂ ਨੂੰ ਭੌਂਕੀ ਜਾਣ ਦੇ। ਠੀਕ ਹੈ, ਤੇ ਥੱਕ ਗਿਆ ਹੋਰਾਂ ਦੇ ਜਵਾਬ ਦੇ ਦੇ ਕੇ, ਗਲਤ ਕਮੈਂਟ ਹੋਏ, ਮੈਂ ਇੱਥੋਂ ਪਤਾ ਮੈਂ ਆਪਾਂ ਕੋਈ ਨਹੀਂ, ਮੈਂ ਹੀ ਆ ਕਦਾ ਕੋਲਾ ਹੁੰਦਾ ਜਵਾਬ ਤਾਂ ਮੈਂ ਵੀ ਦੇਣ ਜਾਣਾ, ਪਰ ਕੁੱਤੇ ਕੁੱਤਿਆਂ ਨੂੰ ਕੁੱਤੇ ਹੋਣ ਆਈ। ਠੀਕ ਹੈ ਕਿ ਨਹੀਂ, ਇਸ ਕਰਕੇ ਕਈ ਭੈਣਾਂ ਨੇ ਕਮੈਂਟ ਵੀ ਕੀਤੇ ਕਿ ਕੁੱਤੀਆਂ ਭੌਂਕਦੀਆਂ, ਚਲੋ ਆਪਾਂ ਵੀ ਮੰਨ ਲੈਂਦੇ ਹਾਂ ਜੀ, ਮੈਂ ਮੰਨ ਕੇ ਚੱਲਦਾ ਵੀ ਕੁੱਤੇ ਕੁੱਤੀਆਂ ਭੌਂਕਦੇ ਹੁੰਦੇ ਆ, ਭੌਂਕਣ ਦੇ ਕੋਈ ਚੱਕਰ ਨਹੀਂ, ਵਧੀਆ ਇਨਸਾਨ ਸਾਡੇ ਨਾਲ ਜੁੜੇ ਹੋਏ, ਸਾਡੇ ਸਿਰ ਤੇ ਹੱਥ ਹੈ, ਮੇਰਾ ਭਰਿਆ। ਚਲੋ ਜਿਹੜੇ ਭੌਂਕਦੇ ਆ ਉਹ ਬਲੌਗ ਤਾਂ ਵੇਹਦੇ ਆ, ਸਾਡੀ ਵੀਡੀਓ ਤਾਂ ਵੇਹਦੇ ਆ ਭੌਂਕਣ ਦੀ ਖਾਤਰ। ਠੀਕ ਹੈ, ਸਾਨੂੰ ਹੌਸਲਾ ਹੈ। ਠੀਕ ਹੈ, ਭੌਂਕੀ ਜਾਣ ਤੋਂ ਅਸੀਂ ਭੌਂਕਣ ਦਾ ਮਾੜੇ ਨਹੀਂ ਬਣਦੇ ਗਏ, ਜੋ ਅਸੀਂ ਹੈਗੇ ਹਾਂ ਤੁਹਾਡੇ ਸਾਹਮਣੇ ਆ। ਕਈ ਭੈਣ ਭਰਾ ਹੁਣ ਘਰੇ ਵੀ ਮਿਲਣ ਆਉਂਦੇ ਆ, ਉਹਨਾਂ ਨੂੰ ਵੀ ਪਤਾ ਅਸੀਂ ਕਿੱਦਾਂ ਦੇ ਆ, ਹੈ ਨਾ, ਅਤੇ ਬਾਕੀ ਬੋਲਬਾਣੀ ਤੋਂ ਪਤਾ ਲੱਗ ਜਾਂਦਾ ਵੀ ਬੰਦਾ ਕਿੱਦਾਂ ਦਾ। ਨਾਲੇ ਰਹੀ ਗੱਲ, ਪਤਾ ਕੀ ਹੈ, ਜਿਹੜੇ ਗਲਤ ਕਮੈਂਟ ਕਰੀ ਜਾਂਦੇ ਆ ਨਾ, ਉਹ ਆਪਣੀ ਸੋਚ ਦੱਸਦੇ ਆ ਕਿ ਆਪਾਂ ਇੱਥੋਂ ਤੱਕ ਸਾਡੀ ਸੋਚ ਮਾੜੀ ਹੈ, ਗਲਤ ਲੈਂਗੁਏਜ ਕਿਉਂ ਆਪਾਂ ਬੋਲਨੀ, ਤੁਸੀਂ ਕਿਉਂ ਬੋਲੀ ਜਾ ਰਹੇ, ਹੈ ਨਾ, ਗਲਤ ਲੈਂਗੁਏਜ ਗਲਤ ਅਜੇ ਉਹ ਬੋਲੀ ਜਾਂਦੇ ਤਾਂ ਆਪਾਂ ਜ਼ਰੂਰੀ ਥੋੜ੍ਹਾ ਆਪਾਂ ਵੀ ਮੂੰਹ ਗੰਦਾ ਕਰਨਾ ਆਪਣਾ ਬੋਲ ਕੇ। ਮੈਂ ਤਾਂ ਬੋਲ ਹੀ ਦਿੰਦਾ ਨਾ, ਮੈਨੂੰ ਕੋਈ, ਬਾਕੀ ਰਹੀ ਗੱਲ ਗਲਤ ਕਮੈਂਟ ਵਾਲਿਆਂ ਦਾ ਆਪਾਂ ਕਦੋਂ ਤੱਕ ਜਵਾਬ ਦਿੰਦੇ ਰਹਾਂਗੇ, ਇਹ ਤਾਂ ਕੋਈ ਨਾ ਕੋਈ ਨਵਾਂ ਪੈਦਾ ਹੁੰਦਾ ਹੀ ਰਹਿਣਾ ਹੈ, ਅਤੇ ਉਸ ਚੀਜ਼ ਤੋਂ ਆਪਾਂ ਆਪਣੇ ਜਿਹੜੇ ਆਉਣ ਵਾਲੇ ਹੁਣ ਜਪਨੂਰ ਲਈ ਆਪਾਂ ਸੁਪਨੇ ਦੇਖੇ ਆ ਜਾਂ ਕੁਝ ਕਹਿ ਲਓ ਫੰਕਸ਼ਨ ਸੋਚੇ ਆ, ਉਹ ਅਸੀਂ ਕਰਨੇ, ਉਹ ਕਿਉਂ ਖਰਾਬ ਕਰੀਏ ਸੋਚ ਕੇ? ਕੱਲ੍ਹ ਦੀ ਦਿਹਾੜੀ ਜਦੋਂ ਆਪ ਸਾਡਾ ਵਲੌਗ ਨਹੀਂ ਆਇਆ ਆਪਾਂ ਬਣਾ ਨਹੀਂ ਪਾਏ, ਕਿਉਂਕਿ ਕੁਝ ਇੱਕ ਤਾਂ ਹੁਣ ਇਲੈਕਸ਼ਨ ਆ ਰਹੇ ਨੇ ਨਾ, ਇਲੈਕਸ਼ਨ ਕਰਕੇ ਆਪਾਂ ਥੋੜ੍ਹਾ ਜਿਹਾ ਤੁਹਾਡੇ ਭਾਅ ਜੀ ਦਾ ਧਿਆਨ ਉੱਧਰ ਹੋ ਗਿਆ, ਅਤੇ ਉਹ ਦੋ ਦਿਨ ਘਰ ਨਹੀਂ ਹੁੰਦੇ ਸੀ, ਅਤੇ ਆਪਣਾ ਸਵੇਰੇ ਜਾਂਦੇ ਸੀ ਅਤੇ ਲੇਟ ਆਉਂਦੇ ਸੀ, ਅਤੇ ਮੇਰਾ ਜਪਨੂਰ 'ਚ ਸਾਰਾ ਦਿਨ ਟਾਈਮ ਨਿਕਲ ਜਾਂਦਾ, ਅਤੇ ਫੋਨ ਤਾਂ ਦੇਖਣਾ ਦੂਰ ਦੀ ਗੱਲ ਹੈ, ਬਣਾਉਣਾ ਤਾਂ ਬਹੁਤ ਮੁਸ਼ਕਿਲ ਹੈ, ਕਿਉਂਕਿ ਫੋਨ ਹੱਥ ਲਾਓ ਅਤੇ ਜਪਨੂਰ ਫੜਨ ਦੀ ਕਰਦੀ, ਅਤੇ ਮੈਨੂੰ ਇਹ ਹੈ ਕਿ ਜਪਨੂਰ ਜ਼ਿਆਦਾ ਫੋਨ ਨਾ ਹੀ ਫੜੇ। ਵਾਹਿਗੁਰੂ ਸੁਣਦੀ ਹੈ ਉਹ, ਜਦੋਂ ਮੈਂ ਉਹਨੂੰ ਲਾ ਕੇ ਦਿੰਦੀ ਹਾਂ, ਪਰ ਮੈਨੂੰ ਇਹ ਮੈਂ ਉਹਨੂੰ ਟੀ ਵੀ 'ਤੇ ਲਾ ਦਿੰਦੀ ਹਾਂ, ਫਿਰ ਉਹ ਟੀ ਵੀ 'ਤੇ ਆਪਣਾ ਸੁਣਦੀ ਹੈ। ਬਾਕੀ ਹੁਣ ਇਹ ਕਿ ਅਸੀਂ ਜਪਨੂਰ ਦੇ ਬਰਥਡੇ ਵੱਲ ਧਿਆਨ ਦੇਈਏ, ਮੈਂ ਤੁਹਾਡੇ ਭਾਅ ਜੀ ਨੂੰ ਇਹੀਓ ਕਹਿ ਰਹੀ ਹਾਂ ਕਿ ਕਮਰੇ ਦੀ ਥੋੜ੍ਹੀ ਜਿਹੀ ਹਾਲਤ ਸਹੀ ਕਰਾ ਲਈਏ, ਆ ਖਰਾਬ ਜਿਹਾ ਹੋਇਆ, ਵਾਲਪੇਪਰ ਲੋਕ ਕਰਾਉਣ ਨੂੰ ਸੋਚਿਆ ਹੈ, ਅਤੇ ਉਹ ਕਾਫੀ ਫਿਰ ਟਾਈਮ ਵੀ ਲੱਗ ਜੂਗਾ ਅਤੇ ਬਜਟ ਤੋਂ ਬਾਹਰ ਜਾ ਦਿੰਦਾ, ਤਾਂ ਕਰਕੇ ਅਸੀਂ ਉਹ ਚੀਜ਼ ਨਹੀਂ, ਕਿਉਂਕਿ ਪੇਂਟ ਪਿਆ ਅਤੇ ਪੇਂਟ ਹੀ ਕਰਵਾ ਦੇਣਾ, ਹੈ ਨਾ,
ਪੇਂਟ ਹੀ ਪੇਂਟ ਪਿਆ ਹੈ ਫਿਰ ਕੀ ਜ਼ਿਆਦਾ ਹੈ ਤਾਂ ਆਪਾਂ ਕਲਰ ਪਵਾ ਦਿੰਦੇ ਹਾਂ ਉਹਦੇ 'ਚ ਲਿਆ ਕੇ ਹੈਂ ਨਹੀਂ ਕਲਰ ਨਹੀਂ ਚਿੱਟਾ ਪੇਂਟ ਵਧੀਆ ਰਹਿੰਦਾ ਹੈਗਾ ਚਿੱਟੇ ਦੇ ਆ ਦਾਗ ਧੱਬੇ ਦੇਖ ਲਓ ਕਿਵੇਂ ਪੈ ਗਏ ਇਹ ਤਾਂ ਫਿਰ ਉਹਦੇ ਕਾਰਨ ਸਲਾਬ ਕਾਰਨ ਹੋ ਗਏ ਨਾ ਉਹ ਫਿਰ ਇਹ ਤਰਾਈ ਕਰਦੇ ਸੀਗੇ ਉਹਦੇ ਕਾਰਨ ਹੋ ਗਏ ਇਹਨਾਂ ਦੇ ਕਾਰਨ ਹੋਏ ਤੁਹਾਡੇ ਭਾਜੀ ਚ ਕਦੋਂ ਜੋਸ਼ ਆਉਂਦਾ ਪੇਂਟ ਕਰਨ ਦਾ ਕਿਉਂਕਿ ਕਹਿ ਕਹਿ ਕੇ ਕੰਮ ਕਰਵਾਉਣੇ ਪੈਂਦੇ ਆਪੇ ਤੇ ਕੋਈ ਨੀ ਕਰਦੇ ਕੰਮ ਇਹ ਗੱਲ ਸੱਚ ਅਸੀਂ ਲੱਗ ਜਾਂਦੇ ਦੋਨੇ ਮੈਂ ਖੁਰਚ ਦੂੰਗਾ ਖੁਰਚ ਕੇ ਕੰਮ ਕਰਨਾ ਮੋਟੇ ਕੱਲ ਮੈਂ ਦੇਖੀ ਸੀ ਉਹ ਵਾਲੀ ਜਿਹੜੀ ਦੀਵਾਰ ਹੈ ਨਾ ਹਨਾ ਉੱਥੇ ਫੁੱਲੀ ਪਈ ਉਹ ਸਾਰਾ ਪੇਂਟ ਉਤਰੇਗਾ ਜਿਵੇਂ ਤੁਸੀਂ ਤਾਂ ਕੰਮ ਵਧਾ ਦੋਗੇ ਬੜਾ ਮੈਂ ਤੈਨੂੰ ਤਾਂ ਕਿਹਾ ਵੀ ਚੱਲਦਾ ਕੰਮ ਚਲਾਓ ਉਹ ਸਲਾਬ ਹਜੇ ਹੈਗੀ ਹੈਗਾ ਉਹਨੇ ਪੇਂਟ ਜਿਹੜਾ ਕਰਾਂਗੇ ਉਹ ਵੀ ਖਰਾਬ ਹੋ ਜਾਣਾ ਨਹੀਂ ਨਾ ਉਹ ਤੇ ਪੇਂਟ ਉਹ ਵੇ ਸਲਾਬ ਇੱਧਰ ਨੂੰ ਉਤਰੀ ਆਉਂਦੀ ਆ ਐਲਸੀਡੀ ਵਾਲੀ ਨੂੰ ਹਜੇ ਹੈਗੀ ਆ ਗਿੱਲੀ ਹੈਗਾ ਜੇ ਇੱਕ ਸਾਲ ਨੀ ਇਹ ਸਹੀ ਹੁੰਦੀ ਅਗਲੀ ਗਰਮੀਆਂ ਤੇ ਗਰਮੀਆਂ ਅਜੇ ਬੜੀ ਦੂਰ ਪਈਆਂ ਹਾਂ ਤੇ ਇਹ ਤਾਂ ਸਹੀ ਹੋਣੀ ਨੀ ਫਿਰ ਗਰਮੀ ਸਰਦੀ ਸਲਾਬ ਤੇ ਆਉਂਦੀ ਰਹਿਣੀ ਕਿੰਨੀ ਕੁ ਦੇਰ ਤੱਕ ਨਹੀਂ ਕਰੋਗੇ ਉਹ ਸਲਾਬ ਹੁੰਦੀ ਹੈ ਇਹ ਸਲਾਬ ਹੋਰ ਆ ਕੀ ਸਲਾਬ ਹੋਰ ਆ ਇਹ ਘਾ ਘਰੇ ਵਾਲੀ ਕੰਮ ਕੀ ਲੈਣਾ ਯੂਰੇ ਫਿਰ ਤੂੰ ਜੈਦ ਨਾ ਕਰਿਆ ਕਰ ਹਰੇਕ ਚੀਜ਼ ਤੂੰ ਖਲਾਰੇ ਪਾ ਦੇਣੀ ਆ ਉਹਨੇ ਖਲਾਰਾ ਤੇ ਪਾਣਾ ਹੀ ਹੈ ਪਰ ਇਹੋ ਜਿਹੀ ਨਾ ਜੋ ਆ ਖੜੋਣੇ ਲੈ ਭਾਈ ਦੇਖੋ ਚੱਕ ਮਾਰਦੀ ਵੀ ਜੇ ਬਹਨ ਕਾਕਾ ਲੈ ਲਾ ਕਾਕੇ ਨਾ ਪਛਾਈਏ ਕਾਕੇ ਨੂੰ ਦੁੱਧ ਪਿਆ ਦੇ ਕਾਕਾ ਦੁੱਧ ਨਹੀਂ ਪੀਂਦਾ ਪੁੰਨ ਕਾਕਾ ਦੁੱਧ ਨਹੀਂ